ਵਡਿਆਈਆਂ ਕਰ ਰਹੀ ਹੈ ਤੇ ਨੋਟੰਕੀ ਕਰ ਰਹੀ ਹੈ। ਇਸ ਕਰਕੇ ਮੈਂ ਉੱਥੇ ਵੀ ਉਦੋਂ ਕਿਹਾ ਸੀ ਗਵਰਨਰ ਸਾਹਿਬ ਨੂੰ ਜਦੋਂ ਇਹਨਾਂ ਨੂੰ ਪਰਮਿਸ਼ਨ ਦਿੱਤੀ ਸੀਗੀ ਤੇ ਜਿਨ੍ਹਾਂ ਦੀ ਨੀਅਤ ਪਤਾ ਹੁੰਦੀ ਤੇ ਇਹਨਾਂ ਨੂੰ ਟੈਗੋਰ ਥੀਏਟਰ ਦੀ ਪਰਮਿਸ਼ਨ ਦੇਣੀ ਸੀ ਵੀ ਟੈਗੋਰ ਥੀਏਟਰ 'ਚ ਜਾ ਕੇ ਨਾਟਕ ਕਰਨਾ ਹੈ ਤੇ ਟੈਗੋਰ ਥੀਏਟਰ 'ਚ ਜਾ ਕਰੋ। ਵਿਧਾਨ ਸਭਾ ਇਜ਼ ਅ ਟੈਂਪਲ ਆਫ ਡੈਮੋਕ੍ਰੇਸੀ। ਉਹਨੂੰ ਕਹਿੰਦੇ ਨੇ ਇਟਸ ਅ ਹੈਰੀਟੇਜ ਬਿਲਡਿੰਗ, ਇਟਸ ਨਾਟ ਜਸਟ ਅ ਹੈਰੀਟੇਜ ਬਿਲਡਿੰਗ, ਉਹ ਲੋਕਤੰਤਰ ਦਾ ਮੰਦਿਰ ਹੈ। ਉੱਥੇ ਤੁਸੀਂ ਜਾ ਕੇ ਨੋਟੰਕੀ ਕਰੋ, ਐਸਾ ਕੋਈ ਸ਼ੋਭਾ ਨਹੀਂ ਦਿੰਦਾ। ਇਸ ਕਰਕੇ ਉਹ ਜੋ ਕੁਛ ਵੀ ਹੋ ਰਿਹਾ ਦੈਟ ਇਜ਼ ਅ ਮੌਕ ਅਸੈਂਬਲੀ ਸੈਸ਼ਨ, ਲੋਕਾਂ ਦੀ ਗੱਲ ਇੱਥੇ ਕਰਾਂਗੇ, ਦਿਸ ਇਜ਼ ਅ ਰੀਅਲ ਸੈਸ਼ਨ। ਇਸ ਕਰਕੇ ਆ ਸਾਰਾ ਕੁਛ ਲੋਕਾਂ ਦੀ ਅਦਾਲਤ 'ਚ ਲੈ ਕੇ ਆਏ। ਬਾਕੀ ਲੋਕ ਦੇਖੋ, ਲੋਕਤੰਤਰ 'ਚ ਅਸਲ ਮਾਲਕ ਪਬਲਿਕ, ਅਸੀਂ ਪਬਲਿਕ ਦੇ ਸਾਹਮਣੇ ਆਪਣੀ ਗੱਲ ਰੱਖੀ। ਖੁਲਾਸੇ ਕਰ ਦੂੰਗਾ, ਸਾਰਿਆਂ ਦੇ ਪੋਤੜੇ ਇੱਥੇ ਖੋਲਾਂਗੇ, ਫਿਕਰ ਨਾ ਕਰੋ। ਤੁਸੀਂ ਐਵੇਂ ਅੱਧ ਵਿਚਾਲੀ ਗੱਲ ਕੀਤੀ, ਉਹਦਾ ਫਿਰ ਗਾਂ ਪਿਛਾ ਹੋ ਜਾਂਦਾ। ਨੈਕਸਟ ਟਾਕ ਇਨ ਟੋਟਲ ਡਿਟੇਲ ਨਾਲ ਗੱਲ, ਪਲੀਜ਼ ਥੋੜਾ ਜਿਹਾ ਪੇਸ਼ੈਂਸ ਕਰੋ। ਲਾਅ ਐਂਡ ਆਰਡਰ ਜਿਹੜਾ ਆ ਉਹ ਕਿਸੇ ਵੀ ਸਰਕਾਰ ਦਾ ਪਹਿਲਾ ਕੰਮ ਹੁੰਦਾ ਆ, ਟੌਪ ਪ੍ਰਾਇੋਰਟੀ ਹੋਣੀ ਚਾਹੀਦੀ, ਕਿਉਂਕਿ ਲਾਅ ਐਂਡ ਆਰਡਰ ਨਹੀਂ ਆ ਤਾਂ ਕੋਈ ਵੀ ਚੀਜ਼ ਜਿਹੜੀ ਅੱਗੇ ਨਹੀਂ ਚੱਲ ਸਕਦੀ, ਨਾ ਡਿਵੈਲਪਮੈਂਟ ਹੋ ਸਕਦੀ ਆ, ਨਾ ਕਿਸੇ ਨੂੰ ਸੁਰੱਖਿਆ ਮਿਲ ਸਕਦੀ ਆ, ਨਾ ਕਿਸਾਨੀ ਹੋ ਸਕਦੀ ਆ, ਕੁਛ ਵੀ ਨਹੀਂ ਹੋ ਸਕਦਾ। ਸਰਕਾਰ ਦੀ ਫੋਰਮੋਸਟ ਜਿਹੜੀ ਆ ਡਿਊਟੀ ਆ ਉਹ ਲਾਅ ਐਂਡ ਆਰਡਰ ਹੈਗਾ। ਇਹ ਸਰਕਾਰ ਬਿਲਕੁਲ ਮੈਂ ਕਹਿ ਸਕਦਾ ਕਿ ਅਰਾਜਕਤਾਵਾਦੀ ਸਰਕਾਰ ਆ, ਇਹਨਾਂ ਦਾ ਕੋਈ ਏਜੰਡਾ ਨਹੀਂ ਝੂਠ ਬੋਲਣੇ ਤੋਂ ਸਿਵਾਏ, ਔਰ ਲੋਕਾਂ ਨੂੰ ਗੁੰਮਰਾਹ ਕਰਨੇ ਤੋਂ ਸਿਵਾਏ, ਝੂਠਾ ਪ੍ਰਚਾਰ ਕਰਨੇ ਤੋਂ ਸਿਵਾਏ, ਇਹਨਾਂ ਦਾ ਕੋਈ ਵੀ ਏਜੰਡਾ ਨਹੀਂ ਆ। ਇਸ ਕਰਕੇ ਜਿਹੜੇ ਲੋਕ, ਕਿਉਂਕਿ ਇਹ ਸਰਕਾਰ ਦੇ ਜਿਹੜੇ ਲੋਕ ਆ ਉਹ ਸਾਰੇ ਉਹਨਾਂ ਦੀ ਬੈਕਗਰਾਉਂਡ ਜੇ ਦੇਖਣ ਲੱਗੇ, ਕੋਈ ਕ੍ਰਿਮੀਨਲ ਕੇਸਿਸ ਕਈਆਂ 'ਤੇ ਹੈਗੇ, ਕੋਈ ਦੂਜੀਆਂ ਪਾਰਟੀਆਂ 'ਚੋਂ ਕੱਢੇ ਹੋਏ ਹੈਗੇ ਆ, ਕਈਆਂ ਦੇ ਕਰੈਕਟਰ ਮਾੜੇ ਹੈਗੇ ਆ, ਤਾਂ ਇਹ ਲੋਕ ਸਾਰੇ ਆ ਇਹ ਅਰਾਜਕਤਾਵਾਦੀ ਹੈ। ਇਸ ਕਰਕੇ ਜਿਹੜੇ ਐਸੇ ਅਨਸਰ ਹੈਗੇ ਆ, ਜਿਹੜੇ ਗੈਰ ਸਮਾਜਵਾਦੀ ਅਨਸਰ ਆ, ਉਹਨਾਂ ਦੇ ਉਹਨਾਂ ਨੇ ਸਿਰ ਚੁੱਕ ਲਏ ਆ, ਉਹਨਾਂ ਨੂੰ ਲੱਗਦਾ ਭਾਈ ਸਹੀਆਂ ਬਏ ਗਤਵਾਲ ਤਾਂ ਹੁਣ ਕਿਹਦਾ ਡਰ ਹੈਗਾ। ਸੋ ਇਸ ਕਰਕੇ ਇਹਨਾਂ ਦੇ ਭਾਈ ਨੇਚਰ ਐਸੀ ਪਾਰਟੀ ਹੋਣ ਦੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਖਰਾਬ ਆ, ਔਰ ਕੰਟਰੋਲ ਹੈ ਨਹੀਂ ਆ। ਦੇਖੋ ਇੱਧਰ ਬੜੇ ਸੀਰੀਅਸ ਮਾਮਲੇ ਚੱਲਦੇ, ਭਗਵੰਤ ਮਾਨ ਜੀ ਜਰਮਨੀ ਘੁੰਮ ਰਹੇ ਆ, ਦਿੱਲੀ ਤੋਂ ਕੰਟਰੋਲ ਸਾਰਾ ਚੱਲ ਰਿਹਾ ਹੈਗਾ ਉਹਨਾਂ ਦਾ, ਪੰਜਾਬ ਦੀਆਂ ਨਾ ਉਹ ਗੱਲਾਂ ਸਮਝਦੇ ਆ, ਨਾ ਉਹਨਾਂ ਨੂੰ ਪੰਜਾਬ ਦੀ ਨਬਜ਼ ਪਤਾ ਹੈਗੀ ਆ। ਇਸ ਕਰਕੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਇੱਥੇ ਬਿਲਕੁਲ ਮਾੜੀ ਹੈਗੀ ਆ। ਔਰ ਸੁਧਰ ਨਹੀਂ ਵੀ ਕੋਈ ਗੈਂਗਸਟਰ, ਦੇਖੋ ਸਿਰਫ ਇਸ ਵੇਲੇ ਕਿੰਨਾ ਗੈਂਗਸਟਰ ਦਾ ਬੋਲਬਾਲਾ ਹੈਗਾ, ਰੋਜ਼ ਕੋਈ ਨਾ ਕੋਈ ਬੰਦਾ ਇੱਕ ਬੰਦਾ ਗੋਲੀ ਨਾ ਮਰ ਰਿਹਾ ਆ। ਸਿਮਰਜੀਤ ਸਿੰਘ ਮਾਨ, ਦੇਖੋ ਤੁਸੀਂ ਅੰਦਾਜ਼ਾ ਲਾ ਲਓ, ਅਜੇ ਫਤਵਾ ਮੰਗਦੇ ਆਪਣੇ ਐਮਐਲਏਆਂ ਦਾ, ਇਹਨਾਂ ਨੂੰ ਫਤਵਾ ਤਾਂ ਸੰਗਰੂਰ 'ਚੋਂ ਦੇ ਦਿੱਤਾ, ਅਕੇਵਲ ਸਿੰਘ ਜੀ ਉੱਥੋਂ ਲੜੇ ਸੀ, ਸੰਗਰੂਰ 'ਚੋਂ ਫਤਵਾ ਜਨਤਾ ਨੇ ਦੇ ਦਿੱਤਾ। ਔਰ ਹੈਰਾਨਗੀ ਦੀ ਗੱਲ ਆ ਕਿ ਇਹਦਾ ਇਹਨਾਂ ਦਾ ਆਲਟਰਨੇਟਿਵ ਕੌਣ ਚੁਣਿਆ? ਮਾਨ, ਇਹ ਸਰਦਾਰ ਭਗਤ ਸਿੰਘ ਦੇ ਨਾਂ 'ਤੇ ਇਲੈਕਸ਼ਨ ਲੜਦੇ ਆ ਅਤੇ ਉਹ ਸਰਦਾਰ ਭਗਤ ਸਿੰਘ ਨੂੰ ਟ੍ਰੇਟਰ ਕਹਿੰਦੇ ਆ, ਅੱਤਵਾਦੀ ਕਹਿੰਦੇ ਆ। ਸੋ ਸਰਦਾਰ ਭਗਤ ਆਪਣੇ ਸਿਮਰਨਜੀਤ ਸਿੰਘ ਮਾਨ ਜਿਹੜੇ ਹੈਗੇ ਆ ਉਹ ਕੁਛ ਵੀ ਕਹਿ ਸਕਦੇ ਆ, ਉਹ ਗੈਂਗਸਟਰਾਂ ਦੇ ਆਪਣੇ ਆਪ ਨੂੰ ਸਰਗਨਾ ਸਾਬਤ ਕਰਨਾ ਚਾਹੁੰਦੇ, ਸਾਨੂੰ ਕੀ ਇਤਰਾਜ਼ ਹੈਗੇ ਆ? ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਉਹਨਾਂ ਨੇ ਤਾਂ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੂੰ ਪੈਸੇ ਪੂਸੇ ਆਉਣ, ਆਮ ਮੰਨਦੇ ਮੈਂ ਚਿੱਠੀਆਂ ਲਿਖ ਕੇ ਪੈਸੇ ਲੈਂਦਾ ਰਹਿੰਦਾ ਲੋਕਾਂ ਤੋਂ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਹੋਰਾਂ ਨੇ ਖਾਲਿਸਤਾਨ ਦੀ ਮੰਗ ਕੀਤੀ ਹੈ। ਵਾਲੇ ਬੜਾ ਪ੍ਰੀ ਮੈਚੋਰ ਕੁਐਸਚਨ ਆ ਜੀ, ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿਣਾ ਹਾਲੇ। ਤੇ ਕੀ ਜ਼ਰੂਰਤ ਪੈ ਗਈ ਜਿਹੜੀ ਜਨਤਾ ਦੀ ਵਿਧਾਨ ਸਭਾ ਲਾ? ਇਸ ਕਰਕੇ ਇਹ ਕਿ ਜਿਹੜੀ ਅਸਲੀ ਵਿਧਾਨ ਸਭਾ ਉਹਦਾ ਮਿਸਯੂਜ਼ ਹੋ ਰਿਹਾ। ਗਵਰਨਰ ਨੂੰ ਕਿਹਾ ਜਾਂਦਾ ਸੈਸ਼ਨ ਸਪੈਸ਼ਲ ਬੁਲਾਉਣਾ, ਗਵਰਨਰ ਸਾਹਿਬ ਕਹਿੰਦੇ ਦੱਸੋ ਕਿਉਂ ਬੁਲਾਉਣਾ, ਤੇ ਉਹ ਦੱਸ ਨਹੀਂ ਪਾਉਂਦੇ, ਉਹ ਕਹਿੰਦੇ ਇੱਦਾਂ ਨਹੀਂ ਹੈਗਾ, ਪ੍ਰੋਗਰਾਮ ਦੇਣਾ ਪੈਂਦਾ ਹੈਗਾ, ਇਹ ਡਿਊਟੀ ਹੁੰਦੀ ਸਰਕਾਰ ਦੀ ਪ੍ਰੋਗਰਾਮ ਦੇਣ ਦੀ, ਇਹਨਾਂ ਨੇ ਨਹੀਂ ਦਿੱਤਾ। ਹੁਣ ਗਵਰਨਰ ਸਾਹਿਬ ਨੂੰ ਫਿਰ ਧੋਖਾ ਦੇ ਕੇ ਗੁੰਮਰਾਹ ਕਰਕੇ ਇਹਨਾਂ ਨੇ ਵੀ ਅਸੀਂ ਪਰਾਲੀ 'ਤੇ ਗੱਲ ਕਰਾਂਗੇ, ਅਸੀਂ ਬਿਜਲੀ 'ਤੇ ਗੱਲ ਕਰਾਂਗੇ, ਫਿਰ ਸੈਸ਼ਨ ਬੁਲਾ ਲਿਆ। ਪਰ ਫਿਰ ਮੁੱਦਾ ਉਹੀ, ਆਪਣੇ MLA ਸਾਡੇ ਨਾਲ ਹੈਗੇ ਆ, ਕਿਸੇ ਨੇ ਕੀ ਕਿਹਾ ਤੁਹਾਡੇ MLA ਨੂੰ? ਆਪ ਹੀ ਤੁਸੀਂ ਕਹਿੰਦੇ ਆ ਸਾਨੂੰ ਇੰਨੇ ਇੰਨੇ ਰੁਪਏ ਮਿਲਦੇ, ਕੋਈ 25 ਕਰੋੜ ਕਹਿੰਦਾ, ਕੋਈ 100 ਕਰੋੜ ਕਹਿੰਦਾ, ਤੇ ਆਪ ਹੀ ਝੂਠ ਬੋਲ ਕੇ ਇਹ ਗੱਲ ਉੜਾਈ ਆ। ਨਾ FIR, ਉੱਦਾਂ ਕਹਿੰਦੇ BJP ਵਾਲੇ ਸਾਨੂੰ ਖਰੀਦਣਾ ਚਾਹੁੰਦੇ, FIR 'ਚ BJP ਦਾ ਕਿਤੇ ਦੂਰ ਤੱਕ ਦਾ ਨਾਂ ਨਹੀਂ ਹੈ, ਨਾ ਕਿਸੇ ਦਾ ਟੈਲੀਫੋਨ ਨੰਬਰ ਹੈਗਾ, ਨਾ ਅੱਜ ਤੱਕ ਕੋਈ ਕਾਰਵਾਈ ਹੋਈ ਆ। ਸਰਕਾਰ ਆ, ਆਫਟਰ ਆਲ ਜੇ ਸਰਕਾਰ ਦੇ MLA ਖਰੀਦੇ ਜਾ ਰਹੇ ਤਾਂ ਬੰਦੇ ਅੰਦਰ ਕਿਉਂ ਨਹੀਂ ਆ, ਔਰ ਬੰਦੇ ਉਹ ਕੌਣ ਆ ਪਤਾ ਕਿਉਂ ਨਹੀਂ ਲੱਗ ਰਿਹਾ? ਸੋ ਇਹ ਇਸ ਕਰਕੇ ਉਹ ਸਦਨ ਦਾ ਮਿਸਯੂਜ਼ ਹੋ ਰਿਹਾ। ਅਸੀਂ ਪਬਲਿਕ ਦੀ ਗੱਲ ਕਰਦੇ, ਇਹ ਸਦਨ ਬਣਦੇ ਆ ਪਬਲਿਕ ਦੀਆਂ ਗੱਲਾਂ ਕਰਨ ਲਈ, ਪਬਲਿਕ ਦੇ ਮੁੱਦਿਆਂ ਲਈ, ਪੰਜਾਬ ਦੇ ਮੁੱਦਿਆਂ ਲਈ, ਤੇ ਜੇ ਉੱਥੇ ਉਹ ਗੱਲ ਹੀ ਨਹੀਂ ਹੋਊਗੀ ਤਾਂ ਫਿਰ ਏਦਾਂ ਹੀ ਆਣਾ ਪਏ। ਮੈਂ ਤਾਂ ਦੱਸਿਆ ਹਾਲੇ ਬਹੁਤ ਕੁਛ ਹੋਏਗਾ, ਜਿੱਦਾਂ ਦੀ ਇਹ ਸਰਕਾਰ ਆ ਨਾ, ਇਹਨਾਂ ਦਾ ਕੰਟਰੋਲ ਕੁਛ ਨਹੀਂ। ਰਾਧਰ ਜਿੰਨੇ ਵੀ ਕ੍ਰਿਮੀਨਲ ਅਨਸਰ ਆ ਉਹ ਸਮਝਦੇ ਸਾਡੇ ਘਰ ਦਾ ਰਾਜ ਆ ਗਿਆ, ਸਾਡੀ ਆਪਣੀ ਸਰਕਾਰ ਆ ਗਈ,
ऐसे ऐसे लोग है सरकार जलंधर का जिन्हिया जागदिया उदाहरण है एम एल ए के नौ नौ के परचे दर्ज है एक तो ही सो ऐसे लोग जब सरकार चला गए तो फिर अंजाम की होगा आप सोच सकते हैं। तो सब तो पहला अज जी जनता की विधानसभा ये बारे मैं थोड़ा दो मिनट दसना चाहना कि जेडे असली मुद्दे आ विधानसभा उठाने चाहिए आ आप जी आपकी सरकार मुद्दों तो भज रही है वह विधानसभा मुद्दा केड़ा उठा रही है कि जिड़े गवर्नर साहब ने परमिशन नहीं दी बेभरोसी का जिदा कोई मतलब नहीं अज पंजाब दे विच किसानी का मुद्दा बेरोजगारी का मुद्दा आटे दाड़े जो आटा दाल का मुद्दा महिलावां दा 1000 रुपए का मुद्दा जेडे मुद्दे और जेडे इन्होंने वादे किए थे देख लो तुम हूँ मूंगी आ किसान ने प्राइवेट न बेची आ सुटी आ इन्होंने कहा एम एस पी देवे फिर खुद मुख्यमंत्री साहब ने आप वादा किया कि असी 1500 रुपया पर हैक्टर जो सीधी बिजाई करूंगा 50,000 तो लख एकड़ के किसान ने सीधी बिजाई की किसी एक रुपया नहीं मिले सो ये आपके वादे तो भज रहे जी अज सू ला जनता की विधानसभा जनता आपके मुद्दे आप चक रही है ता कि इन्हों पता लगे कि जनता के मुद्दे की आ जो तुम वादा किया वादे तो भजो ना देखो गल पंजाब का लॉ एंड ऑर्डर का मुद्दा यह भी मैं जी मुद्दे की गल कर रहा ही पंजाब सरकार दे आ जाता मुख्यमंत्री साहब डिप्टी सीएम डिप्टी सीएम जो होम मिनिस्टर भी ने सो उन्होंने इस मुद्दे से देखना चाहिए भी गल की हो रही है सो इन्हें इन्हों का है।